ਜਗਾ ਤੇ ਗਾ ਕੋਈ ਨਹੀਂ ਮਾਰਦਾ ਬਈ ਉਸਤਾਦ ਵਰਗਾ ਗੋਪੀ ਭਾਈ ਵਰਗਾ ਅੱਛਾ ਸੱਚੀ ਬਾਈ ਕੋਈ ਤੇ ਗਾ ਨਹੀਂ ਮਾਰਦਾ ਬੰਦਾ ਹਿੱਲ ਜਾਂਦਾ ਬਾਈ ਬਾਕੀ ਬਾਈ ਮਾਰਦੇ ਆ ਪਰ ਉਹਦੇ ਵਰਗਾ ਨਹੀਂ ਪਤਾ ਵੀ ਲੱਗਦਾ ਕੋਈ ਵੱਜਦੀ ਹੈ ਕਦੇ ਵੀ ਜਿੱਦਾਂ ਵੀ ਹੈ ਨਾ ਸਟਰਗਲ ਹੁੰਦੀ ਹੈ ਭਾਈ ਨਾਲ ਪਤਾ ਲੱਗਦਾ ਸਰੀਰ ਹਿੱਲ ਗਿਆ ਹੋਣਾ ਪੂਰਾ ਇਹ ਹਾਲਾਤ ਤਾਂ ਸਾਰਾ ਭਾਈ ਉਹਦਾ ਪਤਾ ਆਪਾਂ ਨੂੰ ਵੱਜਦੀ ਬਹੁਤ ਜ਼ੋਰ ਨਾਲ ਆ ਕੁੱਟੀ ਮਾਰ ਨਹੀਂ ਪਰ ਤੇਗਾ ਮਾਰਨਾ ਵੱਖਰੀ ਜੀ ਉਸਤਾਦ ਦੇਖੋ ਕੋਈ ਨਹੀਂ ਮਾਰਦਾ ਬਾਈ ਮੇਰੇ ਜੋ ਸੱਟ ਲੱਗੀ ਭਾਜੀ ਮੈਂ ਹਸਪਤਾਲ ਖੜਾ ਸੀ ਅੱਛਾ ਫੋਨ ਕਰਿਆ ਅੱਛਾ 10000 ਰੁਪਏ ਨਾਲ ਹੀ ਖਾਤੇ ਚ ਦੇ ਲਾ ਹੈ ਲੈ ਡਾ ਮੈਂ ਭਾਈ ਕਿਵੇਂ ਭੁੱਲ ਜਾਵਾਂ ਹਣਾ ਮੈਂ ਡੈਡੀ ਨੂੰ ਕਿਹਾ ਸੀ ਮੈਂ ਡੈਡੀ ਨੂੰ 3-4 ਸਾਲ ਦੇ ਦੇ ਦਿਹਾੜੀ ਤਾਂ ਮੈਂ ਜਦੋਂ ਮਰਜ਼ੀ ਕਰ ਲਾਂ ਹਾਂ ਮੈਂ ਕੱਲ ਨੂੰ ਤੈਨੂੰ ਆਏ ਨਾ ਕਹਿਦਾ ਵੀ ਤੂੰ ਮੈਨੂੰ ਕੁਝ ਕਰ ਨਹੀਂ ਦਿੱਤਾ ਨਾ ਸਹੀ ਗੱਲ ਆ ਜਿਹੜੇ ਬੰਦੇ ਨੂੰ ਪੁਰਾਣੇ ਖੇਡਦੇ ਆ ਖੇਡਦੇ ਸੀਗੇ ਪਹਿਲਾਂ ਆਏ ਬਦਾ ਵਧੀਆ ਸਾਂਭ ਕੇ ਰੱਖਦੇ ਗਰਾਊਂਡ ਨੂੰ ਆਪਣਾ ਹੀ ਸਾਰਾ ਪਿੰਡ ਬਹੁਤ ਕਰਦਾ ਪਰ ਹੁਣ ਆਇਆ ਵੀ ਜਿਹੜੇ ਮੁੰਡੇ ਖੇਡਣ ਵਾਲੇ ਸੀ ਸਾਰੇ ਬਾਹਰ ਚਲੇ ਗਏ ਤੁਸੀਂ ਸਾਲ ਲਾ ਸਾਡੇ 2-3 ਮਹੀਨਿਆਂ ਚ ਜਿਹੜੇ ਬੰਦੇ ਖੇਡਣ ਵਾਲੇ ਸੀ ਸਾਰੇ ਹੀ ਭੱਜ ਗਏ ਬਾਹਰ ਨੂੰ ਚਲ ਗਏ ਹੁਣ ਸਾਡੇ ਪਿੰਡ ਹੀ ਮਿਲਦਾ ਖਾਲੀ ਹੋ ਗਿਆ ਤਕਰੀਬਨ ਹੀ ਹੁਣ ਗਰਾਊਂਡ ਚ ਰੌਣਕ ਕਿੰਨੇ ਜਵਾਕ ਹੁੰਦੇ ਆ ਜਾਂ ਨਾਲ ਦੇ ਪਿੰਡ ਪੁੰਡ ਵਾਲੇ ਉਹਨਾਂ ਨਾਲ ਖੇਡੀ ਤਾਂ ਉੱਥੇ ਤਿਆਰੀ ਲਈ ਹੁਣ ਪੰਮਾ ਸਾਹਿਬ ਬਾਹਰ ਗਿਆ ਵਾ ਫਿਰ ਉੱਥੇ ਮਿਹਨਤ ਕਰੀ ਦੀ ਆ ਖੇਡੀ ਦਾ ਉਹਨਾਂ ਨਾਲ ਅੱਛਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹੋਏ ਆ ਰਾਜੂ ਭਾਈ ਦੇ ਪਿੰਡ ਨਿਯਾਮਪੁਰ ਕਬੱਡੀ ਕੱਪ ਤੇ ਆਪਣੇ ਨਾਲ ਪੀਟਰ ਅਸੀਂ ਆ ਜੀ ਹੋਰ ਪੀਟਰ ਠੀਕ ਠਾਕ ਸੇਹਤ ਹਾਂਜੀ ਹਾਂਜੀ ਬਈ ਠੀਕ ਠਾਕ ਜੀ ਮੈਂ ਨਾ ਤੇਰੀ ਪਹਿਲਾਂ ਤਾਂ ਮੈਂ ਚੱਲ ਤੇਰੀ ਗੇਮ ਦੇਖੀ ਹੋਈ ਸੀ ਵੈਸੇ ਹਾਂਜੀ ਹਾਂਜੀ ਭਾਈ ਜ਼ਿਆਦਾ ਮੇਰਾ ਧਿਆਨ ਉਸ ਦਿਨ ਪਿਆ ਜਿੱਦਣ ਗੋਪੀ ਭਾਈ ਵਾਲਾ ਆਪਣੇ ਕਲਿੱਪ ਤੁਹਾਡਾ ਹੋਇਆ ਵਾਇਰਲ ਹਾਂਜੀ ਹਾਂਜੀ ਭਾਈ ਉਹ ਆਖੇ ਲੱਗੀ ਸੀ ਭਾਈ ਭਾਜੀ ਖੇਡਦੇ ਸੀਗੇ ਤੇ ਬੈਗ ਬਣ ਰਿਹਾ ਸੀਗਾ ਤੇ ਉਹ ਭਾਈ ਦਾ ਹੱਥ ਲੱਗ ਗਿਆ ਵਾ ਅੱਛਾ ਜਿਆਦਾ ਅੱਖੀ ਖਰਾਬ ਅੱਖ ਦੀ ਵਾਹ ਹੋ ਗਿਆ ਸੀਗਾ ਤੇ ਉਸ ਕਰਕੇ ਮੈਂ ਰੁਕ ਗਿਆ ਹਾਂਜੀ ਯਾਰ ਜਿੱਦਾਂ ਨਾ ਮਤਲਬ ਕਿ ਹੁਣ ਵੀਡੀਓ ਦੇ ਵਿੱਚ ਕਈਆਂ ਨੇ ਕਮੈਂਟ ਕੀਤੇ ਹਨਾ ਹਾਂਜੀ ਵੀ ਤੈਨੂੰ ਮਾੜਾ ਚੰਗਾ ਗਿਆ ਕੋਈ ਉਸਤਾਦ ਨੂੰ ਕਹੀ ਜਾਂਦਾ ਸੀ ਹਨਾ ਤੇ ਏਦਾਂ ਜਦੋਂ ਤੁਸੀਂ ਕਮੈਂਟ ਪੜ੍ਹਦੇ ਆ ਤੇ ਉਦੋਂ ਆਪਣੇ ਕੁਛ ਨਾ ਕੁਛ ਤਾਂ ਹੁੰਦਾ ਹੋਣਾ ਫੀਲ ਦਾ ਹਾਂਜੀ ਭਾਈ ਬਾਬਾ ਮੁੰਡੇ ਕਹਿੰਦੇ ਸੀ ਕਹਿੰਦੇ ਇਦਾਂ ਕਹਿੰਦੇ ਆ ਮੈਂ ਕੋਈ ਨਹੀਂ ਚਲੋ ਜਿੱਦਾਂ ਵੀ ਆ ਚਲੋ ਬਾਕੀ ਆਪਣੀ ਆਪਣੀ ਸੋਚ ਹੁੰਦੀ ਭਾਈ ਸਾਰਿਆਂ ਦੀ ਮੈਂ ਕੋਈ ਚੱਕਰ ਨਹੀਂ ਭਾਜੀ ਵੈਸੇ ਉਹਦਾ ਮੈਚ ਤੋਂ ਬਾਅਦ ਦੇ ਵਿੱਚ ਉਸਤਾਦ ਦੇ ਨਾਲ ਹੋਈ ਸੀ ਗੱਲਬਾਤ ਹਾਂਜੀ ਹਾਂਜੀ ਭਾਜੀ ਕਹਿੰਦਾ ਮੈਨੂੰ ਜਾਣ ਕੇ ਨਹੀਂ ਮਾਰੀ ਕਿਸੇ ਨੇ ਮਾਰਦਾ ਕੋਈ ਵੀ ਜਾਣ ਕੇ ਵੀ ਨਹੀਂ ਗਾ ਲਾਗੀ ਭਾਜੀ ਕੋਲੇ ਵੀ ਆਪਣਾ ਜਿੱਦਾਂ ਵੀ ਆ ਮੈਂ ਚਲੋ ਕੋਈ ਚੱਕਰ ਨਹੀਂ ਭਾਜੀ ਹੁਣ ਭਲਵਾਨਾ ਫੇਰ ਮੈਚ ਲੱਗਾ ਸੀਗਾ ਭਾਜੀ ਵਧੀਆ ਜਿੱਦਾਂ ਅੱਛਾ ਚਲੋ ਵਧੀਆ ਭਾਜੀ ਸਾਰਾ ਗਾ ਵਧੀਆ ਵਾ ਤੇ ਸ਼ੁਰੂਆਤ ਜਿਹੜੀ ਕਬੱਡੀ ਦੀ ਕਿੱਦਾਂ ਕੀਤੀ ਸੀ ਪਹਿਲਾਂ ਕੋਈ ਪਰਿਵਾਰ 'ਚ ਖੇਡਦਾ ਹੋਵੇ ਨਹੀਂ ਭਾਈ ਸ਼ੁਰੂਆਤ ਇਦਾਂ ਹੋਈ ਸੀਗੀ ਜਿੱਦਾਂ ਪਿੰਡ ਭਾਈ ਹੁਣੀ ਪਾਲੀ ਭਾਈ ਹੁਣੀ ਕਾਰੇ ਭਾਈ ਹੁਣੀ ਖੇਡ ਦਿੰਦੇ ਦੀਪੇ ਭਾਈ ਹੁਣੀ ਅੱਛਾ ਹਾਂਜੀ ਪਿੰਡ ਮੁੰਡੇ ਹੋਰ ਵੀ ਖੇਡ ਦਿੰਦੇ ਸੀਗੇ ਗਰਾਊਂਡ ਜਿਹਾ ਰੌਣਕ ਲਾਉਣੀ ਭਾਈ ਸ਼ਾਮਾਂ ਨੂੰ ਪੂਰੀ ਅੱਛਾ ਹਾਂਜੀ ਉਹਨਾਂ ਨੂੰ ਦੇਖ ਕੇ ਭਾਈ ਜਿੱਦਾਂ ਸ਼ੁਰੂ ਕੀਤੀ ਤੇ ਇੱਕ ਬਾਪੂ ਆਪਣੇ ਨੂੰ ਬਹੁਤ ਸ਼ੌਂਕ ਆ ਭਾਈ ਕਬੱਡੀ ਦਾ ਅੱਛਾ ਹਾਂਜੀ ਉਹ ਕਹਿੰਦੇ ਹੁਣ ਖੇਡ ਕਬੱਡੀ ਵਾਸਤੇ ਭਾਈ ਸ਼ੌਂਕ ਹੀ ਆ ਕਿ ਆਪ ਉਦਾਂ ਖੇਡਦੇ ਰਹੇ ਆ ਭਾਜੀ ਸ਼ੌਂਕ ਹੀ ਆ ਬਸ ਉਹਨਾਂ ਨੂੰ ਅੱਛਾ ਕਢਾਉਣ ਦਾ ਭਾਈ ਮੈਨੂੰ ਕਹਿੰਦੇ ਖੇਡ ਦੋ ਕੋਈ ਚੱਕਰ ਨਹੀਂ ਭਾਈ ਹਾਂਜੀ ਹੁਣ ਭਾਜੀ ਆਪਣਾ ਪਾਲੀ ਭਾਈ ਬਹੁਤ ਸਪੋਰਟ ਕਰਦਾ ਭਾਜੀ ਦੀਪੇ ਭਾਈ ਹੁਣੀ ਕਾਰੇ ਭਾਈ ਹੁਣੀ ਅੱਛਾ ਹਾਂਜੀ ਫਿਰ ਪੰਮੇ ਉਸਤਾਦ ਕੋਲ ਮਿਹਨਤ ਕਰੀ ਦੀ ਉੱਥੇ ਹਾਂਜੀ ਹੁਣ ਉਸਤਾਦ ਬਾਹਰ ਗਿਆ ਪਾਲੀ ਭਾਈ ਕਰਾਉਂਦਾ ਮਿਹਨਤ ਹਾਂਜੀ ਵਧੀਆ ਸਾਰਾ ਕੁਝ ਸਪੋਰਟ ਪੂਰੀ ਹੈ ਭਾਈ ਭਾਈ ਉਹਨਾਂ ਦੀ ਵੈਸੇ ਉਹਦਾ ਜਿੱਦਣ ਤੂੰ ਸ਼ੁਰੂਆਤ ਕੀਤੀ ਆ ਕਬੱਡੀ ਦੀ ਹਨਾ ਹਾਂਜੀ ਹਾਂਜੀ ਤੇ ਉਦੋਂ ਕਿਹੜੇ ਪਲੇਅਰ ਵੱਲ ਵੇਖਿਆ ਸੀਗਾ ਵੀ ਲੱਗਾ ਹੋਵੇ ਵੀ ਮੈਂ ਆਹ ਪਲੇਅਰ ਵਰਗਾ ਬਣਨਾ ਭਾਈ ਸੁਲਤਾਨ ਭਾਈ ਵਰਗੇ ਨੂੰ ਦੇਖਿਆ ਸੀਗਾ ਭਾਈ ਹੁਣੀ ਬਹੁਤ ਅਗੜੀ ਕਬੱਡੀ ਭਾਈ ਜਿੱਦਾਂ ਭਾਈ ਪਾਲੇ ਦੇ ਖੜ ਕੇ ਪਾਣੀਆਂ ਜਿੱਦਾਂ ਵੀ ਸਾਰਾ ਕੁਝ ਹਾਲਦਾ ਭਾਈ ਹਾਂਜੀ ਸੁਲਤਾਨ ਭਾਈ ਵਧੀਆ ਭਾਈ ਲੱਗਦਾ ਸੁਲਤਾਨ ਭਾਈ ਨਾਲ ਕਦੇ ਮੁਲਾਕਾਤ ਹੋਈ ਆ ਹਾਂਜੀ ਹਾਂਜੀ ਭਾਈ ਮੈਂ ਸ਼ਾਹਵੜੀ ਖੇਡੇ ਨਾ ਨੋ 20 ਭਾਈ 2 ਸਾਲ ਅੱਛਾ ਸੁਲਤਾਨ ਭਾਈ ਨੂੰ ਟੱਕਰ ਦੇ ਰਿਹਾ ਭਾਈ ਜਿੱਦਾਂ ਵੀ ਆ ਹਾਂਜੀ ਭਾਈ ਵੈਸੇ ਮੈਂ ਇੱਕ ਗੱਲ ਦੇਖੀ ਆ ਯਾਰ ਸਟਰਗਲ ਤਾਂ ਤੇਰੀ ਚੱਲ ਕਾਫੀ ਆ ਹਾਂਜੀ ਜਿੱਦਾਂ ਆਮ ਪਲੇਅਰਾਂ ਦੀ ਗੱਲਬਾਤ ਹੋ ਜਾਂਦੀ ਬਾਹਰ ਦੀ ਇਦਾਂ ਗੱਲਬਾਤ ਨਹੀਂ ਹਾਲੇ ਹੋਈ ਨਹੀਂ ਭਾਈ ਹੋਈ ਨਹੀਂ ਹਜੇ ਹਾਂਜੀ ਭਾਈ ਖੇਡਦੇ ਨੂੰ ਚਿਰ ਹੋ ਗਿਆ ਭਾਈ ਵਾਹ ਕਿੰਨੇ ਸਾਲ ਹੋ ਗਏ ਉਹਦਾ ਖੇਡਦੇ ਨੂੰ ਮੈਂ ਭਾਈ 14 ਜੀ ਖੇਡਣ ਲੱਗਾ ਸੀਗਾ ਵੀਡ 35 ਤੋਂ ਕੀਤੀ ਸ਼ੁਰੂ ਭਾਈ ਅੱਛਾ ਹਾਂਜੀ ਫਿਰ ਵੀਡ ਹੌਲੀ ਹੌਲੀ ਖੇਡਦੇ ਗਏ ਵੀਡ ਇੱਕਦਮ ਜਿੱਦਾਂ ਵੱਧ ਗਿਆ 65 ਖੇਡਦੇ ਥੋੜੀ ਖੇਡੀ 65 ਫਿਰ 80 ਖੇਡੀ ਜਿੱਦਾਂ ਭਾਜੀ ਥੋੜਾ ਠਾ ਸਾਲ ਕ ਫਿਰ ਓਪਨ ਜਾ ਗਿਆ ਭਾਜੀ ਅੱਛਾ ਹਾਂਜੀ ਭਾਜੀ 18 ਚ ਓਪਨ ਖੇਡਣ ਲੱਗ ਗਿਆ ਹੈਗਾ ਭਾਜੀ ਠੀਕ ਹਾਂਜੀ ਭਾਜੀ ਵੇਟ ਤਾਂ ਮੇਰੇ ਖਿਆਲ ਨਾਲ ਘੱਟ ਹੀ ਖੇਡੀ ਹੋਣੀ ਵੇਟ ਘੱਟ ਹੀ ਖੇਡੀ ਭਾਜੀ ਮੈਂ ਕਿਉਂਕਿ ਭਾਰ ਤੇਰਾ ਮੇਰੇ ਖਿਆਲ ਨਾਲ 80-85 ਕਿਲੋ ਤੋਂ ਉੱਪਰ ਹੀ ਸੀ ਨਾ ਉੱਪਰ ਸੀਗਾ ਭਾਜੀ ਹੁਣ ਜਿੱਦਾਂ ਜੋਦਾ ਭਾਈ ਖੇਡਦਾ ਹੁੰਦਾ ਹੈ ਆਪਣਾ ਪਿੰਡ ਵਾਲਾ ਭਾਈ ਉਹਨੇ ਵੇਟ ਖੇਡੀ ਜਿੱਦਾਂ ਜਿਆਦੀ ਅੱਛਾ ਹਾਂਜੀ ਭਾਜੀ ਤੇ ਨਾਲ ਦੇ ਪਲੇਅਰਾਂ ਨਾਲ ਕਦੇ ਗੱਲਬਾਤ ਕਰਕੇ ਦੇਖੀ ਆ ਵੀ ਤੁਸੀਂ ਇਦਾਂ ਦਾ ਕੀ ਕਰਦੇ ਆ ਗੇਮ ਦੇ ਵਿੱਚ ਵੀ ਤੁਹਾਡੀ ਗੱਲ ਬਛੇਤੀ ਹੋ ਜਾਂਦੀ ਨਹੀਂ ਭਾਜੀ ਯਾਰ ਕੀ ਨਾ ਭਾਈ ਹੋਈ ਨਹੀਂ ਇਦਾਂ ਕਦੀ ਕੀਤੀ ਨਹੀਂ ਗਈ ਭਾਜੀ ਹਾਂਜੀ ਭਾਜੀ ਜਦੋਂ ਭਾਈ ਐਤਕੀ ਸਾਲ ਵਧੀਆ ਖੇਡਿਆ ਜਦੋਂ ਖੇਡਣਾ ਸੀਗਾ ਜਦੋਂ ਇਜਰਲੀ ਚ ਗਏ ਟੀਮ ਚ ਉਹ ਭਾਈ ਸੱਟ ਲੱਗ ਗਈ ਅੱਛਾ ਹਾਂਜੀ ਭਾਜੀ ਫੇ ਬਾਬਾ ਪਿੱਛੇ ਬਹਿ ਕੇ ਹੁਣ ਦੁਬਾਰਾ ਲੱਗਾ ਦੁਬਾਰਾ ਫੇਰ ਖੇਡਣਾ ਭਾਈ ਹਾਂਜੀ ਭਾਜੀ ਮਾਝੇ ਖੇਡ ਕੇ ਕਿੱਦਾਂ ਲੱਗਦਾ ਮਾਝੇ ਭਾਜੀ ਵਧੀਆ ਲੱਗਦਾ ਜਿੱਦਾਂ ਆਪਣੇ ਨਾ ਬਾਬਾ ਜਿੱਦਾਂ ਦਰਸ਼ਕ ਇਕੱਠੇ ਹੋ ਜਾਂਦੇ ਆ ਹਾਂਜੀ ਉਧਰ ਖੇਡ ਕੇ ਬੜਾ ਵਧੀਆ ਲੱਗਦਾ
ਰੌਲਾ ਰੌਲਾ ਲੋਕ ਪਾਉਂਦੇ ਵਧੀਆ ਸਾਰਾ ਲੱਗਦਾ। ਅੱਛਾ ਹਾਂਜੀ ਭਾਜੀ ਮੈਚ ਵੱਡੇ ਹੁੰਦੇ ਐਕਸਪੀਰੀਅੰਸ ਹੋ ਜਾਂਦਾ ਐਕਸਪੀਰੀਅੰਸ ਇੱਕ ਪਤਾ ਲੱਗਦਾ ਰਹਿੰਦਾ ਭਾਜੀ ਗੱਗੀ ਭਾਈ ਦੱਸਦਾ ਜੋ ਗਲਤੀ ਗੁਲਤੀ ਕਰੀ ਜੀ ਕੋਈ ਵੀ ਹੁਣ ਭਾਈ ਸਾਰੇ ਸੀਨੀਅਰ ਪਲੇਅਰ ਖੇਡਦੇ ਭਾਈ ਨਾ ਸਾਰੇ ਦੱਸਦੇ ਆ ਭਾਈ ਇਹ ਗਲਤੀ ਆ ਰਧਾਰੀ ਦੀ ਆ ਗਲਤੀ ਭਾਜੀ ਹਾਂਜੀ ਭਾਜੀ ਯਾਦਗਾਰੀ ਮੈਚ ਕੋਈ ਉੱਥੋਂ ਦਾ ਯਾਦਗਾਰੀ ਮੈਚ ਭਾਜੀ ਫਰੰਦੀਪੁਰ ਦਾ ਹੋਇਆ ਜਿੱਦਾਂ ਭਾਜੀ ਨਾ ਪਹਿਲਾ ਮੈਚ ਗੋਪੀ ਭਾਈ ਨਾਲ ਉਹ ਸੀਗਾ ਲੱਗਾ ਮੇਰਾ ਤੇ ਗੱਗੀ ਭਾਈ ਨਾਲ ਖੇਡਿਆ ਮੈਂ ਪਹਿਲਾ ਮੈਚ ਫਰੰਦੀਪੁਰ ਮਾਝੇ ਚ ਐਤਕੀ ਵਧੀਆ ਰਿਹਾ ਭਾਜੀ ਨਾਲ ਵੀ ਉਹਨਾਂ ਦੇ ਖੇਡਿਆ ਕਦੇ ਗੋਪੀ ਭਾਈ ਨੇ ਨਹੀਂ ਭਾਜੀ ਨਾਲ ਨਹੀਂ ਖੇਡਿਆ ਜੀ ਅੱਛਾ ਨਾਲ ਨਹੀਂ ਖੇਡਿਆ ਜੀ ਮੋਹਰੇ ਖੇਡਿਆ ਜੀ ਹਾਂਜੀ ਜਦੋਂ ਯਾਰ ਮਤਲਬ ਕਿ ਇੰਨਾ ਸੀਨੀਅਰ ਪਲੇਅਰ ਅੱਗੇ ਹੁੰਦਾ ਵਾ ਤੇ ਉਦੋਂ ਏਦਾਂ ਡਰ ਨਹੀਂ ਲੱਗਦਾ ਨਹੀਂ ਭਾਈ ਡਰ ਭਾਈ ਜਿੱਦਾਂ ਭਾਈ ਹੁਣੀ ਹੌਸਲਾ ਹੀ ਬਹੁਤ ਦਿੰਦੇ ਭਾਈ ਗੱਗੀ ਭਾਈ ਹਨਾ ਅੱਛਾ ਹਾਂਜੀ ਭਾਈ ਦਿਮਾਗ ਨਾਲ ਕਬੱਡੀ ਬਹੁਤ ਜਿੱਦਾਂ ਵੀ ਆ ਸਾਰਾ ਕੁਝ ਦੱਸਦਾ ਭਾਈ ਹਾਂਜੀ ਭਾਜੀ ਆਪਾਂ ਨੂੰ ਹੁੰਦਾ ਆ ਭਾਈ ਜਿੱਦਾਂ ਵੀ ਤਕੜਾ ਉਹਨੂੰ ਟੱਚ ਮਾਰੋ ਜੇ ਅਗਲਾ ਲੱਗੂਗਾ ਗਲਤੀ ਕਰੂਗਾ ਪਤਾ ਤੇ ਪਤਾ ਹੀ ਲੱਗੂਗਾ ਉਸਤਾਦ ਦੱਸੂਗਾ ਕੋਈ ਭਾਜੀ ਹਾਂਜੀ ਆਪਣਾ ਪੰਮਾ ਭਾਈ ਦੱਸ ਦਿੰਦਾ ਸਾਰਿਆਂ ਨਾਲ ਜਿੰਨੀਆਂ ਕਹਿੰਦਾ ਪੈਂਦੀਆਂ ਪਾਈ ਚੱਲ ਜਿੰਨੀਆਂ ਪਾਏਗਾ ਕਹਿੰਦਾ ਉਨਾ ਚੜੇਗਾ ਤਾਂ ਸਰਕਲ ਦੀ ਸ਼ੁਰੂਆਤ ਦੇਖ ਲਾ ਉਹਨਾਂ ਨੇ ਕੀਤੀ ਸੀ ਉੱਧਰ ਜਾ ਕੇ ਮਾਝੇ ਜਾ ਕੇ ਹਾਂਜੀ ਭਾਜੀ ਭਾਜੀ ਯਾਰ ਭਾਜੀ ਬਹੁਤ ਕੁਝ ਦੱਸਦਾ ਚੀਜ਼ਾਂ ਬਹੁਤ ਭਾਜੀ ਹੁਣ ਭਾਜੀ ਹੁਣੀ ਬਾਹਰ ਗਿਆ ਜਿੱਦਾਂ ਹੁਣ ਵਧੀਆ ਸਾਰਾ ਤੇ ਹੁਣ ਆਪਣੇ ਪਰਿਵਾਰ ਵਾਲੇ ਖੁਸ਼ ਆ ਪੂਰੇ ਹਾਂਜੀ ਹਾਂਜੀ ਭਾਜੀ ਵਧੀਆ ਸਾਰੇ ਖੁਸ਼ ਆ ਜੀ ਸਪੋਰਟ ਘਰਦੇ ਕਰਦੇ ਆ ਬਾਹਰੋਂ ਚਾਚੇ ਜੀ ਹੁਣੀ ਸਾਰੇ ਭਰਾ ਭੂਆ ਦੇ ਮੁੰਡੇ ਸਾਰੇ ਸਪੋਰਟ ਕਰਦੇ ਖੇਡ ਤੋਂ ਹਾਂਜੀ ਜਿੱਦਾਂ ਮੈਂ ਇਕੱਲਾ ਘਰ ਪਿੰਡਾਂ ਘਰਾਂ ਚੋਂ ਖੇਡਦਾ ਜਿੱਦਾਂ ਇੱਕ ਭਾਜੀ ਜੋਧਾ ਖੇਡਦਾ ਆ ਉਹ ਅੱਜ ਦੂਜੀ ਟੀਮ ਚ ਆਇਆ ਖੇਡਣ ਨਾਲ ਹਾਂਜੀ ਅਸੀਂ ਦੋ ਹੀ ਖੇਡਦੇ ਆ ਪਿੰਡ ਚ ਜਿੱਦਾਂ ਯਾਰ ਦੋਸਤ ਵੀ ਬਹੁਤ ਸਪੋਰਟ ਕਰਦੇ ਆ ਜਿੱਦਾਂ ਸਾਰਾ ਭਾਜੀ ਹੁਣੀ ਪਾਲੀ ਭਾਈ ਸਾਰੇ ਸਪੋਰਟ ਕਰਦੇ ਦੱਸਣੀ ਆ ਗਲਤੀ ਵੀ ਜਿੱਦਾਂ ਯਾਰ ਮਿੱਤਰ ਵੀ ਬਹੁਤ ਸਪੋਰਟ ਕਰਦੇ ਤੇ ਉਹ ਵਾਲੀ ਵੀਡੀਓ ਜਿਹੜੀ ਵਾਇਰਲ ਹੋਈ ਸੀ ਘਰਦਿਆਂ ਨੂੰ ਦੇਖੀ ਘਰਦਿਆਂ ਨੂੰ ਦੇਖੀ ਸੀ ਭਾਜੀ ਮੈਂ ਕਹਿੰਦੇ ਵੱਜ ਗਈ ਮੈਂ ਘਰਦਿਆਂ ਨੂੰ ਹੁੰਦਾ ਇੱਦਾਂ ਸੀਨੀਅਰ ਪਲੇਅਰ ਆ ਮਾਰ ਡੈਡੀ ਵੀ ਕਹਿੰਦਾ ਕੋਈ ਨੀ ਕਹਿੰਦਾ ਵੱਜ ਗਈ ਕਿਉਂਕਿ ਵੀ ਜਾਣ ਕੇ ਮਾਰਦਾ ਥੋੜੀ ਜਿਹੀ ਹਾਂਜੀ ਚਲੋ ਬਾਕੀ ਭਾਈ ਵੱਜ ਜਾਂਦੀ ਬੜਾ ਬੜਾ ਪਿਆਰ ਭਰਾ ਉਸਤਾਦ ਦਾ ਨਾ ਉਸਤਾਦ ਭਾਈ ਵਾਕਿਆ ਹੀ ਭਾਈ ਜਿਹਦੇ ਪੈਂਦਾ ਉਹਨੂੰ ਪਤਾ ਲੱਗਦਾ ਬਾਈ ਲੋਕੀ ਗੱਲਾਂ ਕਰੀਆਂ ਨੇ ਵੱਜ ਗਈ ਐ ਹੋ ਗਈ ਜਿਹਦੇ ਵੱਜਦਾ ਭਾਜੀ ਉਹਨੂੰ ਪਤਾ ਲੱਗਦਾ ਸਹੀ ਐਡਾ ਡੋਲਾ ਵੀ ਕਿਸੇ ਦੇ ਨਹੀਂ ਭਾਈ ਗਲਾ ਛਪਿਆ ਆ ਡੋਲੇ ਦੇ ਭਾਈ ਅੱਜ ਫਿਰ ਕਿਹੜੀ ਟੀਮ ਵੱਲੋਂ ਐ ਅੱਜ ਭਾਜੀ ਸੁਰਖਵਰ ਤੇ ਸਰਾਰੂਆਂ ਸਾਂਝੀ ਬਣੀ ਐ ਭਾਈ ਅੱਛਾ ਹਾਂਜੀ ਭਾਈ ਭਾਜੀ ਅਸੀਂ ਕਾ ਹੋਰ ਭਾਈ ਸੇਤਾਂ ਕੀ ਹਾਲ ਚਾਲ ਆ ਯੂਰਪ ਵਾਲਿਓ ਕੀ ਹਾਲ ਚਾਲ ਆ ਬਹੁਤ ਵਧੀਆ ਤੁਸੀਂ ਕਿੱਦਾਂ ਭਾਜੀ ਜੀ ਇੰਟਰਵਿਊ ਕਰ ਲਓ ਗੱਲਬਾਤ ਸਾਡੇ ਨਾਲ ਵੀ ਗੱਲਬਾਤ ਕਰਦੇ ਪਹਿਲਾਂ ਕਰੋ ਇਹਨਾਂ ਮਜਾ ਸੈਟਿੰਗ ਆ ਗਏ ਆਪਾਂ 50 ਮਿੰਟਾਂ ਚ ਬਾਦੋ ਪ੍ਰਿਆ ਭਾਈ ਕਿੱਦਾਂ ਕਿੱਦਾਂ ਵਧੀਆ ਭਾਈ ਸਤਿ ਸ੍ਰੀ ਅਕਾਲ ਮੁਬਾਰਕਾਂ ਨਾਲੇ ਥਾਰ ਦੀਆਂ ਮਿਲਦੇ ਆਪਾਂ ਭਾਜੀ ਉਹਨਾਂ ਮੈਂ ਸਾਹਿਬ ਉਹਨਾਂ ਮੈਂ ਹਾਂ ਕੋਈ ਨਹੀਂ ਕੋਈ ਨਹੀਂ ਆ ਭਰਾ ਨੇ ਥਾਰ ਲਈ ਆ ਨਵੀਂ ਮੈਂ ਕਿਹਾ ਚੱਲ ਭਰਾ ਦੀ ਥਾਰ ਦੇ ਵਿੱਚ ਇੰਟਰਵਿਊ ਕਰਦਾ पता नी करते करते मिली नी उदन अच्छा दूजे दिन मिली सारी रात ही नींद आई सारी अच्छा भाई सारी रात ਇੱਦਾਂ ਹੀ ਵੀ ਹੁਣ ਲੈ ਆਈਏ ਹੁਣ ਲੈ ਆਈਏ ਹੁਣ ਲੈ ਆਈਏ ਅਮਰਤ ਉਦਾਂ ਉਮੀਦ ਹੈਗੀ ਸੀ ਵੀ ਇੰਨੀ ਜਲਦੀ ਸੁਪਨੇ ਪੂਰੇ ਹੋ ਜੂਗੇ ਨਾ ਨਾ ਭਾਈ ਕਿੱਥੇ ਇੰਨੀ ਉਮੀਦ ਕਿੱਥੇ ਸੀ ਭਾਈ ਤੇ ਹੁਣ ਆਪਣੇ ਘਰ ਪਰਿਵਾਰ ਵਾਲੇ ਖੁਸ਼ ਆ ਪੂਰੇ ਸਾਰੇ ਭਾਈ ਵਧੀਆ ਘਰ ਦੇ ਵਧੀਆ ਖੁਸ਼ ਭਾਈ ਕਬੱਡੀ ਕਰਕੇ ਆ ਭਾਈ ਸਾਰਾ ਕੁਝ ਸਹੀ ਗੱਲ ਹੈ ਜਦ ਭਾਈ ਆਪਣੀ ਮਿਹਨਤ ਲੈਂਦਾ ਫਿਰ ਹੁੰਦਾ ਸਾਂਭ ਸਾਂਭ ਰੱਖਦਾ ਇਹਨੂੰ ਕੁਝ ਹੋਣ ਆ ਜਾ ਭਾਈ ਜੋ ਉਦਾਂ ਮਿਲ ਜਾਂਦੀ ਉਦਾਂ ਫਿਰ ਬੰਦੇ ਨੂੰ ਬਾਕੀ ਪਰਮਾਤਮਾ ਦੀ ਕਿਰਪਾ ਹੁੰਦੀ ਆ ਕਈ ਪਲੇਅਰਾਂ ਤੇ ਵਧੀਆ ਹੋ ਜਾਂਦੀ ਆ ਕਈਆਂ ਦੇ ਹੌਲੀ ਹੌਲੀ ਹੋ ਜਾਂਦੀ ਆ ਪਰ ਬਾਕੀ ਇੱਕ ਵਾਰੀ ਫਿਰ ਮੁਬਾਰਕਾਂ ਥਾਰ ਦੀਆਂ
ਇੱਕ ਦਿਨ ਪਰਸੋਂ ਮੈਚ ਤੇ ਉਸਤਾਦ ਨੇ ਤੇਗਾ ਵੀ ਮਾਰਿਆ ਤੈਨੂੰ ਬੜੀ ਜ਼ੋਰ ਨਾਲ ਹਾਂਜੀ ਹਾਂਜੀ ਭਾਈ ਭਾਈ ਪਤਾ ਲੱਗਦਾ ਮੈਂ ਆਪਦਾ ਉਸਤਾਦ ਦਾ ਅੱਛਾ ਹਾਂਜੀ ਭਾਈ ਭਾਈ ਜੇ ਵੀ ਆ ਭਾਈ ਜੋ ਜੋ ਇੱਕ ਹੁਣ ਭਾਈ ਵਾਰ ਵਾਰ ਲਗਾ ਮਾਰਨ ਉਸਤਾਦ ਜਿਹੜਾ ਪੱਕਾ ਦਾ ਵਾ ਮਾਰਿਆ ਭਾਈ ਪਤਾ ਲੱਗਦਾ ਤੇਗਾ ਮਾਰਿਆ ਉਹਦੇ ਵਾਲਾ ਤੇਗਾ ਕੋਈ ਨੀ ਮਾਰਦਾ ਭਾਈ ਉਸਤਾਦ ਰਹਿ ਗੋਪੀ ਭਾਈ ਯਾਰ ਦਾ ਅੱਛਾ ਸੱਚੀ ਭਾਈ ਕੋਈ ਤੇਗਾ ਨੀ ਮਾਰਦਾ ਬੰਦਾ ਹਿੱਲ ਜਾਂਦਾ ਭਾਈ ਬਾਕੀ ਭਾਈ ਮਾਰਦੇ ਆ ਪਰ ਉਹਦੇ ਵਰਗਾ ਨੀ ਪਤਾ ਵੀ ਲੱਗਦਾ ਕੋਈ ਵੱਜਦੀ ਹੈ ਕਦੇ ਵੀ ਜਿੱਦਾਂ ਵੀ ਹੈ ਨਾ ਸਟਰਗਲ ਹੁੰਦੀ ਹੈ ਭਾਈ ਨਾ ਪਤਾ ਲੱਗਦਾ ਸਰੀਰ ਹਿੱਲ ਗਿਆ ਹੋਣਾ ਪੂਰਾ ਹਿਲਾਤ ਸਾਰਾ ਭਾਈ ਉਦਾਂ ਪਤਾ ਆਪਾਂ ਨੂੰ ਵੱਜਦੀ ਬਹੁਤ ਜ਼ੋਰ ਨਾਲ ਆ ਕਬੱਡੀ ਮਾਰਨੀ ਪਰ ਤੇਗਾ ਮਾਰਨਾ ਵੱਖਰੀ ਜੀ ਤੇਗਾ ਕੋਈ ਨੀ ਮਾਰਦਾ ਭਾਈ ਮੈਂ ਇੱਕੋ ਖਾਧਾ ਪਰ ਮੈਨੂੰ ਪਤਾ ਲੱਗ ਗਿਆ ਲੋਕਾਂ ਨੇ ਵੱਜਦੇ ਦੇਖੇ ਮੈਂ ਤਾਂ ਵੀਡੀਓ ਦੇਖੇ ਪਰ ਗਾਲ ਦੇ ਵਜੋਂ ਪਤਾ ਲੱਗਦਾ ਭਾਈ ਪਹਿਲਾਂ ਬਹੁਤ ਤਕੜੇ ਖੇਡਿਆ ਭਾਈ ਮੈਂ ਪੁਰਾਣਾ ਮੈਚ ਦੇਖਿਆ ਜੋ ਕੈਨੇਡਾ ਭਾਈ ਖੇਡਿਆ ਮੋਰੇ ਹੋ ਹੋ ਉੱਥੇ ਵੱਜੇ ਹੀ ਤੇਗੇ ਸਾਰੇ ਮਾਰੇ ਭਾਈ ਸਾਰੇ ਮੈਂ ਤਾਂ ਦੇਖਦਾ ਪੁਰਾਣੇ ਮੈਚ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੈਂ ਦੇਖਦਾ ਇਹਦਾ ਮੈਚ ਤੇ ਮੈਂ ਸਹੀ ਆ ਉਹ ਨਾ ਵੀਡੀਓ ਤੋਂ ਬਾਅਦ ਤੇਰਾ ਧਿਆਨ ਮਤਲਬ ਕਿ ਹੋ ਗਿਆ ਨਾ ਉਸ ਚੀਜ਼ ਵੱਲ ਵੀ ਮੈਂ ਗਲਤੀ ਕਿੱਥੇ ਕੀਤੀ ਆ ਹਨਾ ਹਾਂਜੀ ਭਾਈ ਹੁਣ ਸਮਝ ਲੱਗੀ ਕਿਤੇ ਇੱਕ ਅੱਧਾ ਜੇ ਆਪਾਂ ਪੈ ਜਾਂਦਾ ਉਦਾਂ ਚਲੋ ਹੁਣ ਧਿਆਨ ਨਾਲ ਕਬੱਡੀ ਪਾਈ ਦੀ ਆਪਦੇ ਜਦੋਂ ਸੰਪੂਰਨ ਤੈਨੂੰ ਪਤਾ ਕੋਈ ਹੋਇਆ ਹੀ ਨੀ ਸਿੱਖਣ ਨਵੀਂ ਚੀਜ਼ ਮਿਲਦੀ ਰਹਿੰਦੀ ਭਾਜੀ ਬੰਦੇ ਨੂੰ ਪਤਾ ਲੱਗ ਜਾਂਦਾ ਕਿਹੜਾ ਉਸਤਾਦ ਮਾਰਦਾ ਉਦ ਮੇਰੇ ਕਦੀ ਵਿਹਲਾ ਮਾਰਿਆ ਨੀ ਉਸਤਾਦ ਨਾ ਮੈਨੂੰ ਪਤਾ ਹੀ ਸੀ ਅੱਛਾ ਹਾਂਜੀ ਹੁਣ ਜੋ ਵੱਜਾ ਹੁਣ ਪਹਿਲਾਂ ਪਤਾ ਲੱਗ ਜਾਂਦਾ ਉਸਤਾਦ ਇਹ ਵੀ ਤਾਂ ਮਾਰਦਾ ਮਾਰਦਾ ਪਹਿਲਾਂ ਦਾ ਵੀ ਮੈਂ ਮੈਚ ਬਾਰੇ ਗੌਰ ਨੀ ਕੀਤੀ ਜਿੱਦਾਂ ਵੀ ਹੁਣ ਜਿੱਦਾਂ ਆਪਾਂ ਨੂੰ ਪਤਾ ਆਇਆ ਸਾਰਾ ਕੋਈ ਗਾਂਹ ਮੈਚ ਲੱਗੂ ਵੀ ਧਿਆਨ ਰੱਖਾਂਗੇ ਆਪਾਂ ਸਾਰਾ ਹਾਂਜੀ ਅਰਸ਼ ਵੀ ਆਪਣੇ ਵਾਲੀ ਖੇਡਦਾ ਹਾਂਜੀ ਹਾਂ ਅਰਸ਼ ਹੀ ਆ ਸਾਹਮਣੇ ਬੈਠਾ ਹਾਂਜੀ ਭਾਈ ਅਰਸ਼ ਮੋਬਾਈਲ ਮਾਰੇ ਭਾਈ ਆਪਣੇ ਰਿਸ਼ਤੇਦਾਰਾਂ ਨੂੰ ਜਾਣਾ ਪਈ ਛੱਡਣ ਤੇ ਢਾਬੇ ਤੇ ਰੁਕੇ ਸੀ ਉੱਥੇ ਮਿਲਿਆ ਸੀ ਭਾਈ ਹੋਰ ਸੁਣਾਓ ਕਿੱਦਾਂ ਚੱਲਦੀ ਹੈ ਮਿਹਨਤ ਆਪਣੇ ਇਕੱਠੀ ਕਰਦੇ ਤੁਸੀਂ ਹਨਾ ਉਸਤਾਦ ਕੋਲੇ ਪੰਮੇ ਭਾਈ ਕੋਲ ਤੈਨੂੰ ਪਤਾ ਹੀ ਅੱਜ ਕੱਲ ਜਿਹੜਾ ਬੰਦਾ ਆਪਣੇ ਨਾਲ ਖੜਦਾ ਉਹਨੂੰ ਨਾਲ ਜਰੂਰੀ ਆ ਚਾਹੀਦਾ ਵੀ ਆਪਾਂ ਨੂੰ ਪਰ ਉਸਤਾਦ ਵਰਗਾ ਤਾਂ ਬੰਦਾ ਵੀ ਮੇਰੇ ਖਿਆਲ ਨੀ ਹੋਣਾ ਕੋਈ ਸਹੀ ਗੱਲ ਉਹ ਬੰਦਾ ਹੀਰਾ ਬੰਦਾ ਜੀ ਕਦੇ ਦਿਲ ਚ ਮੈਲ ਨੀ ਉਹਦੇ ਖੂਨ ਕਰਿਆ ਦਸ ਹਜ਼ਾਰ ਰੁਪਏ ਨਾਲ ਹੀ ਖਾਦੇ ਦਿਲ ਐਡਾ ਮੈਂ ਭਾਈ ਕਿਵੇਂ ਭੁੱਲ ਜਾਊਂਗਾ ਹਨਾ ਫਿਰ ਮਿਹਨਤ ਕਰਾਈ ਘਰੇ ਰੱਖਿਆ ਰੋਟੀ ਪਾਣੀ ਉਸਤਾਦ ਦੇ ਘਰ ਦੇ ਮੈਨੂੰ ਆਪ ਦੋ ਟਾਈਮ ਫੜਾ ਕੇ ਜਾਂਦੇ ਨੇ ਅੱਛਾ ਅਰਸ਼ ਮਾਲਵੇ ਵਾਲੇ ਦੀ ਬੋਲੀ ਬੜੀ ਮਿੱਠੀ ਯਾਰ ਸਹੀ ਗੱਲ ਹੈ ਨਾ ਨਹੀਂ ਭਾਈ ਇਹ ਬੰਦਾ ਵਧੀਆ ਭਈ ਇੱਕ ਨੰਬਰ ਹਾਂ ਇਹ ਤਾਂ ਗੱਲ ਹੈਗੀ ਯਾਰ ਤੇ ਆਪਣੇ ਅਰਸ਼ ਕਬੱਡੀ ਦੀ ਸ਼ੁਰੂਆਤ ਕਿੱਦਾਂ ਕੀਤੀ ਸੀਗੀ ਮੈਂ ਭਾਜੀ ਪਹਿਲਾਂ ਪਿੰਡ ਜਦੋਂ ਖੇਡਦੇ ਹੁੰਦੇ ਆ ਸਾਡੇ ਪਿੰਡ ਦੇ ਨਾ ਵੇਟ ਦੇ ਮੁੰਡੇ ਬਹੁਤ ਤਗੜੇ ਹੁੰਦੇ ਤੁਹਾਡਾ ਪਿੰਡ ਹੈਗਾ ਬੁੱਕਣ ਵਾਲਾ ਹਾਂ ਮੋਗੇ ਦੇ ਨਾਲ ਹੀ ਮੋਗੇ ਦੇ ਨਾਲ ਹੀ ਤੇ ਵੇਟ ਦੇ ਮੁੰਡੇ ਸਾਡੇ ਪਿੰਡ ਦੇ ਬਹੁਤ ਤਗੜੇ ਸੀਗੇ ਮਤਲਬ ਉਦੋਂ ਵੇਟ ਵੂਟ ਨਹੀਂ ਆਉਂਦਾ ਇੰਨਾ ਆਉਂਦਾ ਹੁੰਦਾ ਸੀ ਘਰਦੇ ਵੀ ਨਹੀਂ ਤੋਰਦੇ ਸੀ ਅੱਛਾ ਤੇ ਮੈਂ ਪਲੱਸ ਟੂ ਕਰਕੇ ਆਇਆ ਸਾਡੇ ਪਿੰਡ ਦਾ ਮੁੰਡਾ ਗਵਣਾ ਅੱਛਾ ਤੇ ਉਹ ਖੇਡਦਾ ਹੁੰਦਾ ਓਪਨ ਉਹ ਮਲੇਸ਼ੀਆ ਤੋਂ ਆਏ ਮੈਨੂੰ ਉਹਨਾਂ ਨੇ ਮੈਚ ਖੇਡਣ ਜਾਣਾ ਓਪਨ ਦਾ ਅੱਛਾ ਤੇ ਅਸੀਂ ਉਹੀ ਉੱਠ ਗਏ ਕਰੋੜ ਕਰੋੜ ਮੈਚ ਸਾਡਾ ਪਹਿਲੇ ਮੈਚ ਸੁਖਬੀਰ ਸਰਾਵਾਂ ਸੰਦੀਪ ਦੋਦਾ ਨਾਲ ਉਹ ਉਹਨਾਂ ਨੇ ਟੱਚ ਟੁੱਚ ਲਿਆ ਚੱਲ ਫੜ ਤਾਂ ਕਾਹਦੇ ਹੋਣੇ ਸੀ ਤੇ ਉਹ ਐ ਜਿਹਨਾਂ ਨੂੰ ਟੀਵੀ ਚ ਦੇਖਦੇ ਵੀ ਉਹਨਾਂ ਨਾਲ ਮੈਚ ਆ ਫਿਰ ਅਗਲੇ ਦਿਨ ਫੇਰ ਲੈ ਗਿਆ ਉੱਥੇ ਇੱਕ ਜੱਫਾ ਪਾਤਾ ਬਹੁਤ ਦੁਆਈ ਚੱਲ ਸੋ ਚੱਲ ਖੇਡੀ ਗਏ ਪਿੰਡੋਂ ਆਏ ਕਦੇ ਕਿਹਨੂੰ ਚੱਕ ਲੈਣਾ ਨਾਲ ਨਾਲ ਦੇ ਪਿੰਡੇ ਇਕੱਠੇ ਕਰ ਖੇਡੀ ਜਾਣਾ ਫਿਰ ਆਈ ਰਮਨ ਮੱਲੀਆਂ ਦੀ ਸਟੋਰੀ ਭਾਈ ਬਾਈ ਦੀ ਵੀ ਕੈਂਪ ਲੱਗਦਾ ਇੱਥੇ ਤੇ ਮੈਂ ਬਾਈ ਨੂੰ ਮੈਸੇਜ ਕੀਤਾ ਭਾਈ ਨੇ ਪੰਮੇ ਦਾ ਨੰਬਰ ਭੇਜਿਆ ਮੈਂ ਗੱਲ ਕਰਕੇ ਤੇ ਮੈਂ ਇੱਥੇ ਆ ਗਿਆ ਅੱਛਾ ਉੱਥੋਂ ਸਿੱਧੇ ਕੈਂਪ ਤੇ ਸਿੱਧਾ ਕੈਂਪ ਤੇ ਅੱਛਾ ਤਿਆਰੀ ਕੀਤੀ ਤੇ ਪੂਰੀ ਟਿਕਾ ਕੇ ਅੱਛਾ ਤੇ ਫਿਰ ਮੈਂ ਗੁਰੀ ਨੀ ਮੁੰਡਾ ਝੇੜੂ ਵਾਲੇ ਤੇ ਗੱਗੀ ਜਾਗਰ ਵਾਲੇ ਨੇ ਟੀਮ ਬਣਾਈ ਸੀਗੀ ਖਜੂਰ ਲੈ ਅੱਛਾ ਇਹਨਾਂ ਨੂੰ ਜਾਫੀ ਨਹੀਂ ਸੀ ਉਰਲੀ ਕਰਨੀ ਦਾ ਤੇ ਗੁਰੀ ਆਪਣਾ ਝੇੜੂ ਵਾਲਾ ਗੱਗੀ ਨੂੰ ਕਹਿੰਦਾ ਵੀ ਅਰਸ਼ ਨੂੰ ਪੁੱਛ ਲਾ ਭਾਜੀ ਨੂੰ ਤੇ ਮੈਨੂੰ ਗੁਰੀ ਦਾ ਫੋਨ ਆਇਆ ਕਹਿੰਦਾ ਤੂੰ ਖੇਡ ਲੈਂਗਾ ਜੇ ਟੀਮ ਆਇਆ ਖੇਡ ਦੂੰਗਾ ਜੀ ਅੱਛਾ
ਤੇ ਜਦੋਂ ਉੱਥੇ ਖੇਡਿਆ ਤੇ ਉੱਥੇ ਮਹਾਰਾਜ ਨੇ ਸੁਣ ਲਈ ਭਾਜੀ ਬੈਸਟ ਸੀ ਉੱਥੇ ਐਲਈਡੀ ਦਾ ਚਿੱਤਪਾਲ ਚਿੱਟੀ ਸੀਗਾ ਨਾਲ ਅਰਸ਼ ਵਰਨਾਲਾ ਸੱਤੂ ਸੀਗਾ ਸਾਡੇ ਏਰੀਆ ਦਾ ਮੁੰਡਾ ਤੇ ਵਾਹਿਗੁਰੂ ਦੀ ਕਿਰਪਾ ਹੋਈ ਉੱਥੇ ਜੁਆਇੰਟ ਬੈਠ ਜੇ ਤੇ ਬਸ ਉਦੋਂ ਅਰਸ਼ ਜਿੱਦਾਂ ਤੂੰ ਦੱਸਦਾ ਪੈਣਾ ਇਸ ਹਿਸਾਬ ਨਾਲ ਕਬੱਡੀ ਗੋਡ ਗਿਫਟ ਹੀ ਆ ਤੈਨੂੰ ਨਹੀਂ ਨਹੀਂ ਚਲੋ ਮਿਹਨਤ ਤਾਂ ਕੀਤੀ ਕੀਤੀ ਹੈ ਨਾ ਵੀ ਜਿੱਦਾਂ ਇਹਨੇ ਸ਼ੋਰਟ ਟਾਈਮ ਚ ਤੁਸੀਂ ਆਪਣੇ ਕਹਿੰਦੇ ਵੀ ਖਜੂਰ ਲੈ ਖੇਡਿਆ ਹਨਾ ਵੀ ਬਹੁਤ ਵੱਡੀ ਗੱਲ ਆ ਹਨਾ ਵਾਹਿਗੁਰੂ ਜੀ ਪਰਮਿੰਦਰ ਆਪਣਾ ਭਰਾ ਤੇ ਮੁੰਡਾ ਇੱਕ ਪ੍ਰੀਤ ਆ ਮੁੰਡਾ ਆਪਣੇ ਪਿੰਡ ਦਾ ਇੱਕ ਮੇਰੀ ਮਾਸੀ ਦਾ ਮੁੰਡਾ ਆਪਣੇ ਦੇ ਭਾਜੀ ਪੰਮਾ ਸਾਦ ਹੋਇਆ ਆਪਣੇ ਦੇ ਪੈਸਾ ਲਾਇਆ ਬੰਦਿਆਂ ਨੇ ਰੱਜ ਕੇ ਤੇ ਆਪਾਂ ਵੀ ਭਾਜੀ ਮਿਹਨਤ ਫੁੱਲ ਕੀਤੀ ਕਦੇ ਆਏ ਨੀ ਸੀਗਾ ਮੋਟਰਸਾਈਕਲ ਵੀ ਜਿੱਤ ਲਿਆ ਮਹਾਰਾਜ ਦੀ ਕਿਰਪਾ ਨਾਲ ਬਾਹਰ ਵੀ ਸਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਵਧੀਆ ਵਧੀਆ ਕੰਮ ਕਰ ਕੀ ਆ ਉਦਾਂ ਆਪਣੇ ਫੈਮਿਲੀ ਦਾ ਸਾਡੇ ਡੈਡੀ ਫੈਕਟਰੀ 'ਚ ਲੱਗੇ ਜੀ ਅੱਛਾ ਹਾਂ 13-14 ਹਜ਼ਾਰ ਰੁਪਏ ਤਨਖਾਹ ਹੜੰਬੇ ਬਣਾਉਂਦੇ ਆ ਹੜੰਬੇ ਅੱਛਾ ਅੱਛਾ ਹੋਰ ਆਪਣੇ ਕੋਲ ਕੋਈ ਕਾਰੋਬਾਰ ਨਹੀਂ ਕਬੱਡੀ ਹੋਏ ਬਸ ਤੇ ਜਿੱਦਾਂ ਹੁਣ ਇੰਨੀ ਕਾਮਯਾਬੀ ਮਿਲੀ ਆ ਤੇ ਘਰ ਦੇ ਖੁਸ਼ ਆ ਪੂਰੇ ਹਾਂ ਜੀ ਪਹਿਲਾਂ ਡੈਡੀ ਮਤਲਬ ਹੈ ਨਹੀਂ ਸੀ ਇੰਨਾ ਅੱਛਾ ਉਹਨੂੰ ਵੀ ਚੱਲ ਸੀਗਾ ਵੀ ਪੜ੍ਹਿਆ ਵੀ ਪਲੱਸ ਟੂ ਕੀਤੀ ਹੈ ਤੇ ਉਦੋਂ ਪਹਿਲਾਂ ਆਈਲੈਟ ਸੂਲ ਸਾਹਿਬ ਅਸੀਂ ਕਿੱਥੇ ਆਉਣਾ ਸੀਗਾ ਤੇ ਕੰਮ ਕੁੰਮ ਤੇ ਲਾਤਾ ਟਰੱਕਾਂ ਵਾਲੇ ਤੇ ਪਹਿਲਾਂ ਉਹ ਸਿੱਖਦਾ ਹੁੰਦੇ ਟਰੱਕਾਂ ਵਾਲੇ ਕੰਮ ਵਾਲੇ ਨਾਲ ਗੱਲ ਕਰ ਲਈ 2 ਵਜੇ ਆ ਜਾਣਾ ਉੱਥੋਂ 2-5 ਜਿੰਮ ਲਾਉਣੀ 5 ਗਰਾਊਂਡ ਉੱਠ ਜਾਣਾ ਮਿਹਨਤ ਕਰਨ ਤੇ ਘਰ ਦੇ ਨਾਲ ਇਹਦੇ ਕੰਮ ਤੇ ਆ ਫਿਰ ਜਦੋਂ ਮੈਂ ਐਲਈਡੀ ਜਿੱਤਿਆ ਉਦੋਂ ਮਾੜਾ ਡੈਡੀ ਨੂੰ ਹੋਇਆ ਮਾਂ ਦਾ ਮੇਰੀ ਦਾ ਪੂਰਾ ਸੰਯੋਗ ਸੀਗਾ ਜੀ ਮਾਂ ਮੇਰੀ ਦਾ ਪੂਰਾ ਫੁੱਲ ਸੰਯੋਗ ਸੀਗਾ ਤੇ ਫਿਰ ਜਦੋਂ ਮੈਂ ਬਾਹਰ ਨਿਊਜ਼ੀਲੈਂਡ ਗਿਆ ਫਿਰ ਉਦੋਂ ਤਾਂ ਮੇਰੇ ਬਾਪੂ ਨੂੰ ਹੌਸਲੇ ਬਹੁਤ ਜ਼ਿਆਦਾ ਹੋ ਗਏ ਹਾਂਜੀ ਫਿਰ ਉਦੋਂ ਬਾਅਦ ਨਹੀਂ ਆਪਾਂ ਕਦੇ ਜੇ ਮੰਨ ਲਾ ਹੁਣ ਕਬੱਡੀ ਵਾਹਿਗੁਰੂ ਹੀ ਆਪਾਂ ਕਹਿ ਦਈਏ ਨੀਤਾਂ ਨੂੰ ਮਰਾਦਾ ਨਾ ਉਹ ਉੱਧਰ ਇਹਨਾਂ ਨੇ ਵਾਹਿਗੁਰੂ ਨੇ ਆਪਣੀ ਬੁੱਧੀ ਇੱਧਰ ਲਾਤੀ ਨਹੀਂ ਤਾਂ ਫਿਰ ਟਰੱਕਾਂ ਟਰੁੱਕਾਂ 'ਚ ਖੁੱਲਜਦੇ ਰਹਿ ਜਾਣਾ ਸੀ ਮੈਂ ਡੈਡੀ ਨੂੰ ਕਿਹਾ ਸੀ ਮੈਂ ਡੈਡੀ ਨੂੰ 3-4 ਸਾਲ ਦੇ ਦੇ ਦਿਹਾੜੀ ਤਾਂ ਮੈਂ ਜਦੋਂ ਮਰਜ਼ੀ ਕਰ ਲਾਂ ਮੈਂ ਕੱਲ੍ਹ ਨੂੰ ਤੈਨੂੰ ਆਏ ਨਾ ਕਹਿਦਾ ਵੀ ਤੂੰ ਮੈਨੂੰ ਕੁਛ ਕਰ ਨਹੀਂ ਦਿੱਤਾ ਨਾ ਸਹੀ ਗੱਲ ਤੇ ਚੱਲ ਹੌਲੀ ਹੌਲੀ ਸੱਚੇ ਪਾਤਸ਼ਾਹ ਨੇ ਬਹੁਤ ਪਤਾ ਵਾਹਿਗੁਰੂ ਦੇ ਧੰਨਵਾਦ ਨਾਲ ਜਿਹੜੇ 4 ਭਰਾ ਖੜੇ ਉਹਨਾਂ ਦਾ ਧੰਨਵਾਦ ਹੀ ਕਰੀਦਾ ਸਾਹਿਬ ਵੀ ਤੁਹਾਡੇ ਕਰਕੇ ਹੀ ਆ ਜੋ ਹਾਂ ਆਪਾਂ ਕਈ 5-100 ਵੀ ਜਿੱਤੀ ਦਾ ਉਦੋਂ ਵੀ ਕਹੀਦਾ ਵੀ ਤੁਹਾਡੇ ਕਰਕੇ ਜਿੱਤਿਆ ਭਰਾ ਜੇ ਕੋਈ ਮੋਟਰਸਾਈਕਲ ਜਿੱਤੇ ਉਦਣ ਵੀ ਗੱਲ ਵੀ ਤੁਹਾਡੇ ਕਰਕੇ ਜਿੱਤੇ ਆ ਜਿੱਦਣ ਆਪਣੇ ਪਹਿਲੀ ਮੋਟਰਸਾਈਕਲ ਜਿੱਤਿਆ ਸੀ ਤੇ ਉਦਣ ਫਿਰ ਘਰਦਿਆਂ ਦਾ ਰਿਐਕਸ਼ਨ ਕੀ ਸੀ ਮੈਂ ਪਿੰਡ ਦੇ ਮੁੰਡੇ ਲੈ ਕੇ ਗਏ ਮਾਂ ਰੋਣ ਲੱਗ ਗਈ ਅਫੀ ਪਾ ਕੇ ਅੱਛਾ ਹਾਂ ਤੇ ਬੜਾ ਉਦੋਂ ਦਾ ਬਾਹਲੀ ਖੁਸ਼ੀ ਸੀਗੀ ਬਹੁਤ ਜ਼ਿਆਦਾ ਮਾਤਾ ਨੂੰ ਮੋਟਰਸਾਈਕਲ ਦਾ ਮੈਂ ਮੋਟਰਸਾਈਕਲ ਜਿੱਤ ਗਿਆ ਮਾਂ ਦੀ ਸ਼ੁਕਰ ਆ ਵਾਹਿਗੁਰੂ ਦਾ ਫਿਰ ਤੜਕਿਓ ਰਹਿ ਲੈ ਕੇ ਗਏ ਮੈਨੂੰ ਪਿੰਡ ਦੇ ਢੋਲ ਢਾਲ ਨਾਲ ਅੱਛਾ ਖੇਡੀ ਜਾਂਦਾ ਸਾਡਾ ਇਹ ਦੇਖ ਖੇਡੀ ਜਾਂਦਾ ਮੇਰੀ ਸੱਟ ਲੱਗੀ ਅੱਛਾ ਤੇ ਲਾਟ ਗੋਡੀ ਗੁਰੀ ਭਾਈ ਦੀ ਸੀ ਤੇ ਜਬ ਫੇਰ ਨਾ ਬਰੋਬਰ ਸੀਗੇ ਇਹਦੇ ਤੇ ਧੂਰੀ ਵਾਲੇ ਦੇ ਭਾਈ ਦੇ ਨਾ ਤੇ ਮੈਨੂੰ ਸਗੋਂ ਮੈਂ ਲੱਗ ਜਾ ਜੋ ਮੈਂ ਲੱਗ ਗਿਆ ਪੱਟੀ ਫੜ ਗਿਆ ਨਾ ਚਲੋ ਜਿੱਦਾਂ ਵੀ ਫੜ ਗਿਆ ਬਾਹਲੀ ਖੁਸ਼ੀ ਹੋਈ ਨਾ ਯਾਰ ਸੀ ਮੋਟਰਸਾਈਕਲ ਜਿੱਤ ਗਿਆ ਨਾਲ ਹੀ ਫੋਨ ਲਾਇਆ ਉਹਨੂੰ ਮੈਂ ਵਧੀਆ ਸਾਰਾ ਕੁਝ ਹੋ ਗਿਆ ਪੰਮੇ ਸਾਹਿਬ ਨੂੰ ਦੱਸਿਆ ਨਾ ਪੰਮੇ ਸਾਹਿਬ ਨੇ ਬੜੀ ਖੁਸ਼ੀ ਮਨਾਈ ਹੁਣ ਵੀ ਆਪਾਂ ਕੋਈ ਵੀ ਸਲਾਹ ਜਾਂ ਕਿਸੇ ਟੀਮ ਦਾ ਫੋਨ ਆਉਂਦਾ ਪੰਮੇ ਸਾਹਿਬ ਤੋਂ ਬਿਨਾਂ ਆਪਾਂ ਗੱਲ ਨਹੀਂ ਕਰਦੇ ਅੱਛਾ ਉਹਨੂੰ ਫੋਨ ਕਰਨਾ ਸਾਹਿਬ ਕਿੱਦਾਂ ਕਰਾਂ ਕਿਉਂਕਿ ਭਾਈ ਉਹਨਾਂ ਨੇ ਸਾਰੀ ਉਮਰ ਕੱਢ ਲਈ ਸਹੀ ਗੱਲ ਇਕੱਲੇ ਇਕੱਲੇ ਬੰਦੇ ਦਾ ਪਤਾ ਉਹਨਾਂ ਨੂੰ ਸਾਰਾ ਪਤਾ ਉਹਨੂੰ ਫੋਨ ਕਰਨਾ ਸਾਹਿਬ ਕਿਵੇਂ ਕਰੀਏ ਸਲਾਹ ਦੇ ਉਹ ਤੋਂ ਆਪਾਂ ਬਾਹਰ ਨਹੀਂ ਆਉਂਦੇ ਭਾਈ ਆਪਾਂ ਬਹੁਤ ਧੰਨਵਾਦ ਕਰਦੇ ਇੱਧਰਲੇ ਬੰਦਿਆਂ ਦਾ ਵੀ ਭਾਵੇਂ ਬਾਈ ਰਮਣਾ ਮੱਲੀਆਂ ਵਾਲਾ ਲੰਬੜ ਆਪਣਾ ਮੱਲੀਆਂ ਵਾਲਾ ਆਪਣਾ ਭਾਈ ਬਹੁਤ ਤੇਜ਼ ਆ ਜੇ ਕੋਈ ਗੱਲ ਪੁੱਛਣੀ ਖੁਰਾਕ ਪੁੱਛਣੀ ਆਪਾਂ ਨਾ ਵਧੀਆ ਆਪਣਾ ਕਰਦੇ ਆ ਵੀ ਇੱਕ ਹਿਸਾਬ ਦਾ ਆਪਾਂ ਨੂੰ ਕਦੇ ਮਾੜਾ ਗਾਈਡ ਨਹੀਂ ਕੀਤਾ ਭਾਈ ਉਹਨਾਂ ਦਾ ਤੇ ਚੰਗੀ ਰਹਿ ਦੇਣੀ ਚੰਗਾ ਉਹਨਾਂ ਨੇ ਸਾਰਾ ਕੁਛ ਕਰਨਾ ਨਾ ਵੀ ਆਪਾਂ ਨੂੰ ਵੀ ਇਹ ਆ ਵੀ ਜੋ ਆਪਣਾ ਉਹਦੇ ਦੁਆਬੇ ਦੇ ਬੰਦਿਆਂ ਨੇ ਬਹੁਤ ਆਪਣਾ ਬਹੁਤ ਕੀਤਾ ਬੰਦਿਆਂ ਨੇ ਤੇ ਮਾਲਵੇ ਜਿੱਦਾਂ ਹੁਣ ਭਾਈ 5-6 ਨੰਬਰਾਂ ਦੇ ਖੇਡਣ ਦਾ ਸਾਡਾ ਫਾਇਦਾ ਕੋਈ ਹੁਣ ਇੱਥੇ ਬੰਦੇ ਨੂੰ ਪਤਾ ਤਾਂ ਲੱਗਦਾ ਭਾਈ ਹੁਣ 20 ਮਿੰਟ ਖੇਡੇ ਅਸੀਂ ਬੰਦੇ ਨੂੰ ਪਤਾ ਤਾਂ ਲੱਗਦਾ ਕਿੰਨੇ ਪਾਣੀ ਚਾਹੀਏ ਕੀ ਸਿਸਟਮ ਆ ਹਨਾ ਅਰਸ਼ ਜਿੱਦਾਂ ਹੁਣ ਤੁਸੀਂ ਮਿਹਨਤ ਇੰਨੀ ਕੀਤੀ ਆ ਹਨਾ ਹੁਣ ਤੁਹਾਡੇ ਨਾਲ ਜਿਹੜੇ ਪਿੰਡ ਦੇ ਮੁੰਡੇ ਆ ਉਹਨਾਂ ਨੂੰ ਵੀ ਸ਼ੌਂਕ ਪੈ ਗਿਆ ਹੋਣਾ ਹਾਂਜੀ ਪਿੰਡ ਦੇ ਮੁੰਡੇ ਹੁਣ ਗਰਾਊਂਡ ਸਾਡੀ ਪੂਰੀ ਵਧੀਆ ਤੇ ਜਿਹੜੇ ਬੰਦੇ ਨੂੰ ਪੁਰਾਣੇ ਖੇਡਦੇ ਆ ਖੇਡਦੇ ਸੀਗੇ ਪਹਿਲਾਂ ਆਏ ਬੰਦਾ ਵਧੀਆ ਸਾਂਭ ਕੇ ਰੱਖਦੇ ਗਰਾਊਂਡ ਨੂੰ ਆਪਣਾ ਹੀ ਸਾਰਾ ਪਿੰਡ ਬਹੁਤ ਕਰਦਾ ਪਰ ਹੁਣ ਆਇਆ ਵੀ ਜਿਹੜੇ ਮੁੰਡੇ ਖੇਡਣ ਵਾਲੇ ਸੀ ਸਾਰੇ ਬਾਹਰ ਚਲੇ ਗਏ ਤੁਸੀਂ ਸਾਹ ਲਾ ਲਓ ਸਾਡੇ 2-3 ਮਹੀਨਿਆਂ 'ਚ ਜਿਹੜੇ ਬੰਦੇ ਖੇਡਣ ਵਾਲੇ ਸੀ ਸਾਰੇ ਹੀ ਵੱਗ ਗਏ ਬਾਹਰ ਨੂੰ ਚਲੇ ਗਏ ਹੁਣ ਸਾਡੇ ਪਿੰਡ ਹੀ ਮਤਲਬ ਖਾਲੀ ਹੋ ਗਿਆ ਤਕਰੀਬਨ ਹੁਣ ਗਰਾਊਂਡ 'ਚ ਰੌਣਕ ਇੰਨੇ ਜਵਾਕ ਹੁੰਦੇ ਆ ਜਾਂ ਨਾਲ ਦੇ ਪਿੰਡ ਪੁੰਡ ਵਾਲੇ ਉਹਨਾਂ ਨਾਲ ਖੇਡੀ ਤਾਂ ਉੱਥੇ ਤਿਆਰੀ ਲਈ ਹੁਣ ਪੰਮਾ ਸਾਹਿਬ ਬਾਹਰ ਗਿਆ ਵਾ ਫਿਰ ਉੱਥੇ ਮਿਹਨਤ ਕਰੀ ਦੀ ਆ ਖੇਡੀ ਦਾ ਉਹਨਾਂ ਨੇ ਅੱਛਾ ਹਾਂ ਪਿੰਡੋਂ ਨਹੀਂ ਸਾਡੇ ਰਿਹਾ ਮੈਂ ਤਾਂ ਆਪ ਚਾਹੁੰਦਾ ਵੀ ਪਿੰਡੋਂ ਉੱਠਣ ਤੇ ਫਿਰ ਸਾਰਾ ਗੱਲਬਾਤ ਬਣਦੀ ਹੈ ਜੀ ਸਹੀ ਗੱਲ ਹਾਂ ਪਿੰਡ ਹੁਣ ਸਾਡਾ ਬਾਹਲਾ ਹੀ ਜ਼ਿਆਦਾ ਮਤਲਬ ਕਹਿ ਦਈਏ ਵੀ ਪੁੱਠੇ ਦੇ ਕੰਮਾਂ 'ਚ ਬਾਹਲਾ ਮਸ਼ਹੂਰ ਸੀਗਾ ਅੱਛਾ ਤੇ ਚਲੋ ਹੁਣ ਕਿਰਪਾ ਸਾਡੇ ਪਰੋਂ ਪਿੰਡ ਮਤਲਬ
ਠੀਕ ਆ ਜਿੱਦਾਂ ਵੀ ਆ ਪਰ ਹੁਣ ਜਿਹੜੇ ਨਵੇਂ ਮੁੰਡੇ ਹਰੇ ਬਾਹਰ ਨੂੰ ਨਿਕਲੀ ਜਾਂਦੇ ਆ ਹੈ ਨਹੀਂ ਕੋਈ ਪਾਉਂਦਾ ਨਹੀਂ ਪਰ ਉਹ ਦੇਲਾ 25-25-30-30 ਲੱਖ ਲਾ ਕੇ ਜਾਂਦੇ ਆ ਤੇ ਇੱਧਰ ਵਾਹਿਗੁਰੂ ਮੈਂ ਉਹੀ ਕਹਿੰਦਾ ਪੀਟਰ ਨਾਲ ਜਦੋਂ ਮੈਂ ਕਦੇ ਸਲਾਹ ਕਰਦੇ ਦੋਨੋਂ ਮਿੱਤਰਾਂ ਨਾਲ ਪੀਟਰ ਨਾਲ ਜੋਦੇ ਨਾ ਆਪਣਾ ਮਤਲਬ ਕਿ ਵਾਹਵਾ ਜਦ ਹੁਣ ਕਦੇ ਕਦੇ ਇਹਨਾਂ ਨੂੰ ਕਹਿਣਾ ਮੈਂ ਪੀਟਰ ਯਾਰ ਵੀ ਬੰਦੇ ਕਈ ਕਿੰਨਾ ਪੈਸਾ ਲਾ ਕੇ ਆਉਂਦੇ ਆਪਾਂ ਕੋਈ ਸਾਰਾ ਪੁੰਨ ਲਾਲਾ ਜਾਂ ਘਰਦਿਆਂ ਦਾ ਪੁੰਨ ਲਾਲਾ ਵੀ ਬਾਹਰ ਗੁਰੂ ਆਪਾਂ ਨੂੰ ਆਪਾਂ ਪੈਸੇ ਲੈ ਕੇ ਆਉਂਦੇ ਆ ਰੀ ਜਾਣਾ ਨਾਲ ਸਹੀ ਗੱਲ ਆ ਬਾਕੀ ਇਹ ਚੀਜ਼ ਕਬੱਡੀ ਦੇ ਹਿੱਸੇ ਆਈ ਆ ਨਾ ਬਾਈ ਆਈ ਕਿਹਦਾ ਮਾੜਾ ਨਾ ਕਰੋ ਵਾਹਿਗੁਰੂ ਆਪਦਾ ਮਾੜਾ ਨਹੀਂ ਹੁੰਦਾ ਇਹ ਥੋੜਾ ਹੌਸਲਾ ਛੱਡਦਾ ਸੀ ਮੈਂ ਕਿਹਾ ਹੌਸਲਾ ਨਾ ਛੱਡ ਲੈ ਪੀਟਰ ਨੂੰ ਇਨਸਾਨ ਬਹੁਤ ਝੋਟਾ ਹੀ ਆਪਾਂ ਪੀਟਰ ਹੋ ਗਿਆ ਆਪਣਾ ਯੋਧਾ ਹੋ ਗਿਆ ਹੁਣ ਜੇ ਮਤਲਬ ਰਾਤ ਬਰਾਤੇ ਵੀ ਕੀ ਲੋੜ ਹੁੰਦੀ ਇੱਧਰ ਮਤਲਬ ਲੇਟ ਲੂਟ ਹੋ ਜਾਵਾਂ ਹੁਣ ਕਰਨਾ ਆਪਾਂ ਨੂੰ ਫਿਕਰ ਹੀ ਨਹੀਂ ਕੋਈ ਜਾਂ ਲੰਬੜ ਆਪਣਾ ਮਲਸੀ ਵਾਲਾ ਜਾਂ ਬੈਠਾ ਆਪਾਂ ਨੂੰ ਫਿਕਰ ਹੀ ਨਹੀਂ ਮੈਂ ਕਿਹਾ ਫਿਰ ਵੀ ਬੰਦਾ ਦਲੇਰ ਆ ਏਡੇ ਏਡੇ ਰੁਸਤਮ ਖਿਡਾਰੀਆਂ ਦੇ ਕਬੱਡੀਆਂ ਪਾ ਜਾਂਦਾ ਹਾਂ ਇਹ ਤਾਂ ਦਲੇਰ ਆ ਝੋਟਾ ਹਨਾ ਹੋਰ ਅਰਸ਼ ਸਭ ਠੀਕ ਠਾਕ ਹੈ ਹਾਂਜੀ ਸਾਰਾ ਸੈੱਟ ਹੈ ਮੈਚ ਕਿੱਦਾਂ ਰਿਹਾ ਮੈਚ ਵਧੀਆ ਰਿਹਾ ਜਿੱਤ ਵਧੀਆ ਰਿਹਾ ਚਲੋ ਸ਼ੁਕਰ ਆ ਮਾਰਾ ਚਲੋ ਠੀਕ ਆ ਹੁਣ ਮੈਂ ਮਾਲਵੇ ਆਉਂਗਾ ਕਿਸੇ ਦਿਨ ਠੀਕ ਆ ਚੱਕਰ ਨਹੀਂ ਮੈਂ ਸੈੱਟ ਥੈਂਕ ਯੂ ਮੇਰਾ ਭਰਾ ਓਕੇ ਦੇਖ ਲੈ ਹੈ ਮਾਲਵੇ ਵਾਲੇ ਹਾਂਜੀ ਬਈ ਬਹੁਤ ਬੰਦਾ ਵਧੀਆ ਬਈ ਜਿੱਦਾਂ ਬਈ ਮਨ ਚੈਤਰੀ ਕੋਹ ਨਹੀਂ ਵਧੀਆ ਜਿੱਦਾਂ ਸਾਰਾ ਮੂੰਹ ਤੇ ਹੀ ਜਿੱਦਾਂ ਬਈ ਉਹੀ ਰਹਿਣਾ ਬਈ ਯਾਰ ਯਾਰ ਇਹਨਾਂ ਦੀ ਬੋਲੀ ਬੜੀ ਵਧੀਆ ਬਈ ਜਦੋਂ ਇਹ ਕਹਿੰਦੇ ਨਾ ਬਾਈ ਬਾਈ ਕਹਿੰਦੇ ਆ ਹਨਾ ਉਦੋਂ ਬੋਲੀ ਵੀ ਬਾਈ ਇੱਕ ਦਾ ਸੁਭਾਅ ਵੀ ਉਹ ਸੁਭਾਅ ਹੀ ਵਧੀਆ ਹਾਂਜੀ ਬਾਈ ਜਦੋਂ ਵੀ ਕਹਿ ਦੋ ਜਿੱਦਾਂ ਬੇਲਾ ਨੇ ਕੋਈ ਨੀ ਮੈਂ ਆ ਗਿਆ ਹਾਂਜੀ ਹੁਣ ਹੁਣ 3-4 ਦਿਨ ਖੇਡਣਾ ਲਗਾਤਾਰ ਹੀ ਮੈਂ ਪਿੰਡੀ ਰੁਕੀ ਆਪਣੇ ਕੋਲ ਰਹੂਗਾ ਉਹ ਸ਼ੀ ਭਾਈ ਨੇ 2 ਦਿਨ ਖੇਡਣਾ ਮੈਂ ਕੋਈ ਨੀ ਅੱਛਾ ਹਾਂ ਗੋਡੇ ਦੇ ਲੱਗ ਗਈ ਸੀ ਜਿਦਾਂ ਸਿਆਲ ਲੱਗ ਗਈ ਬਾਬੇ ਮੈਂ ਖੇਡਦੇ ਬਾਬੇ ਬਕਾਲੇ ਭਾਜੀ ਕਾਲੀ ਗਰਾਊਂਡ ਸੀ ਮੇਰਾ ਪੈਰ ਅੜ ਗਿਆ ਭਾਜੀ ਹਾਂਜੀ ਭਾਜੀ ਤੇ ਮੁੰਡਾ ਉਧਰ ਮਾਝੇ ਦਾ ਸੀਗਾ ਉਹਨੇ ਮੈਂ ਧੱਗਾ ਮਾਰਿਆ ਚਲੀ ਗਲਤੀ ਨੀ ਮੇਰਾ ਆਪਣੇ ਇੱਥੇ ਸੈਦੋਵਾਲ ਦੇ ਨਾਲ ਮੈਚ ਸੀ ਜਿੱਦਣ ਉੱਥੇ ਮੇਰੇ ਫੇਰ ਦੁਬਾਰਾ ਵਜਨ ਪੈ ਗਿਆ ਬਾਈ ਗੋਡੇ ਦੇ ਮੈਂ ਕੌਣ ਨੀ ਲਾ ਲੂਗਾ ਉਦੇ ਗਰਾਊਂਡ ਚ ਖੇਡਦੇ ਵਜਨ ਪੈ ਗਿਆ ਫੇਰ ਮੈਨੂੰ ਫੇਰ ਮੈਂ ਬੰਨ ਕੇ ਖੇਡਦਾ ਮੈਂ ਡਰ ਜਿਹਾ ਹੀ ਪੈ ਜਾਂਦਾ ਭਾਜੀ ਹਾਂਜੀ 4-5 ਮਹੀਨੇ ਘਰੇ ਬਹਿਣਾ ਬਹੁਤ ਔਖਾ ਭਾਜੀ ਹਾਂਜੀ ਭਾਜੀ ਮੈਂ ਤਾਂ ਪਲੇਅਰ ਦੇਖੇ ਹੈ ਨਾ ਬੈਠੇ ਹਾਂਜੀ ਬਹੁਤ ਔਖਾ ਯਾਰ ਇੱਕ ਭਾਜੀ ਸਾਰੇ ਖੇਡਦੇ ਫਿਰ ਖੇਡਣ ਨੂੰ ਦਿਲ ਕਰਦਾ ਜੀ ਨਾ ਭਾਜੀ ਇਹ ਤਾਂ ਗੱਲ ਹੈ ਹਾਂਜੀ ਭਾਜੀ ਸ਼ੌਂਕ ਹੀ ਇੱਦਾਂ ਦਾ ਭਾਈ ਛੱਡਣੀ ਹੁੰਦੀ ਭਾਜੀ ਹੋਰ ਸਭ ਠੀਕ ਠਾਕ ਹਾਂਜੀ ਭਾਜੀ ਸਾਰਾ ਠੀਕ ਠਾਕ ਭਾਜੀ ਚਲੋ ਤੁਸੀਂ ਹੋਰ ਰੈਡੀ ਹਾਂਜੀ ਹਾਂਜੀ ਭਾਈ ਮੈਂ ਜਾਣ ਭਾਈ।